ਇਸ ਵੀਡੀਓ ਵਿੱਚ ਗਾਲਾਂ ਦਾ ਭਰਪੂਰ ਇਸਤੇਮਾਲ ਕੀਤਾ ਗਿਆ ਹੈ। ਕਿਰਪਾ ਕਰਕੇ ਕੰਨਾਂ ਨੂੰ ਹੈੱਡਫੋਨ ਲਾ ਲਓ, ਬਾਅਦ ਵਿੱਚ ਨਾ ਕਿਹੋ ਕਿ ਘਰ ਦੇ ਕੋਲੋਂ ਛਿੱਤਰ ਪਲੇਟ ਹੋ ਗਈ। ਹਾਂਜੀ ਮਿੱਤਰੋ ਤੇ ਬੇਲੀਓ, ਦੋਨਾਂ ਦੀਆਂ ਪਿਆਰੀਆਂ ਪਿਆਰੀਆਂ ਸਹੇਲੀਓ, ਕੀ ਹਾਲ ਨੇ ਤੁਹਾਡੇ? ਘੈਂਟ ਰਿਹਾ ਕਰੋ ਯਾਰ, ਕਿਉਂਕਿ ਜ਼ਿੰਦਗੀ ਦਾ ਤੁਹਾਨੂੰ ਪਤਾ ਹੀ ਆ ਬੜੀ ਛੋਟੀ ਜੀ ਆ। ਮੈਂ ਤਾਂ ਇਹ ਕਹਿੰਦਾ ਰਹਿੰਦਾ ਛੋਟੀ ਜੀ ਜ਼ਿੰਦਗੀ, ਕਿਉਂਕਿ ਮੇਰੇ ਨਾਲ ਕੁਛ ਇਹੋ ਜਿਹੇ ਹਾਦਸੇ ਹੋ ਗਏ ਨੇ ਮੇਰੇ ਫੈਮਿਲੀ ਵਿੱਚ, ਜਿਹਦੇ ਚੱਕਰਾਂ 'ਚ ਮੈਂ ਪਿੱਛੇ ਜੀ ਵੀਡੀਓ ਨਹੀਂ ਪਾਈਆਂ। ਅਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਵਾ, ਜ਼ਿੰਦਗੀ ਛੋਟੀ ਜੀ ਆ, ਨਜ਼ਾਰੇ ਨਾਲ ਰਿਹਾ ਕਰੋ, ਹੱਸੋ ਖੇਡੋ। ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਹੋਲੀ ਤੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੀ ਤਾਂ ਹੋਲੀ ਬਸ ਬੇਰੰਗ ਰਹਿ ਗਈ। ਇਕੱਲਿਆਂ ਨਾਲ ਯਾਰੀ ਨਹੀਂ ਤੇ ਆਪਣਿਆਂ ਨਾਲ ਗਦਾਰੀ ਨਹੀਂ। ਅੱਖ ਆ ਗਿਆ ਬਲੈਕ, ਅਸੀਂ ਮੈਂ ਤੇਰੇ ਦੀ ਸਗਾਸ ਦਾ ਕੁੱਤਾ ਵੀ ਨਾ ਪਾਲਾ, ਭੈਣ ਚੋਦਾ ਤੇਰੀ ਜਾਤ ਦਾ। ਗੱਲ ਕਰਨੀ ਅੱਜ ਇਸ ਟੋਪੇ ਬਾਰੇ, ਇਸ ਟੋਪੇ ਬਾਰੇ ਮੈਂ ਕੀ ਗੱਲ ਕਰਨੀ ਹੈ, ਮੈਂ ਤੁਹਾਨੂੰ ਅੱਜ ਗੱਲ ਦੱਸਣਾ ਸਿੰਪਲ ਜੀ, ਕਿ ਆਪਣਾ ਜਦੋਂ ਵੀਡੀਓ ਬਣਾਈ ਦੀ ਹੈ, ਕਦੇ ਵੀ ਕਿਸੇ ਦੀ ਵੀਡੀਓ ਬਣਾਈ ਦੀ ਤਾਂ ਪਹਿਲਾਂ ਉਸ ਬੰਦੇ ਬਾਰੇ ਜਾਣ ਲਈਦਾ ਕਿ ਉਹ ਬੰਦਾ ਕਿੱਥੋਂ ਉੱਠ ਰਿਹਾ ਵਾ, ਕਿਹਦੇ ਨਾਲ ਉਹਦਾ ਬਹਿਣ ਖਲੋਣ ਹੈ। ਅਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਇਸ ਟੋਪੇ ਦਾ ਇਸ ਟੈਂਪੂ ਨਾਲ ਪੂਰਾ ਤਾਲਮੇਲ ਹੈ, ਸਮਝ ਰਹੇ ਨਾ, ਪੂਰਾ ਤਾਲਮੇਲ ਹੈ ਵਧੀਆ ਵਾਲਾ। ਅਤੇ ਇਸ ਕਰਕੇ ਕੀ ਉਮੀਦ ਕੀਤੀ ਜਾ ਸਕਦੀ ਹੈ ਇਹੋ ਜਿਹੇ ਟੋਪਿਆਂ ਤੋਂ? ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਗੱਲ ਇਹਦੀ ਆਹ ਜਿਹੜੀ ਵੀਡੀਓ ਆ, ਅਤੇ ਮੈਂ ਵੀਡੀਓ ਕਲਿੱਪਾਂ ਤੁਹਾਨੂੰ ਪਤਾ ਮੈਂ ਲਾਉਂਦਾ ਨਹੀਂ ਮੋਸਟਲੀ, ਸਾਰਿਆਂ ਤੁਹਾਨੂੰ ਪਤਾ ਹੀ ਮੈਂ ਆਪਣੇ ਥੋਟ ਰੱਖ ਦਿੰਦਾ ਵਾਂ, ਜਿੰਨੇ 10-20-15-5 ਵਿਊ ਜੋ ਵੀ 2-4 ਵਿਊ ਵੀ ਆ ਰਹੇ ਇਸ ਚੈਨਲ ਦੇ ਉੱਤੇ, ਤਾਂ ਮੈਨੂੰ ਉਹਦੇ ਨਾਲ ਵੀ ਬੜੀ ਸੰਤੁਸ਼ਟੀ ਆ। ਗੱਲ ਕਰਨੀ ਆ ਇਹ ਕਿ ਇਸ ਬੰਦੇ ਨੇ ਇਸ ਵੀਡੀਓ ਵਿੱਚ ਇੱਕ ਗੱਲ ਕਹੀ ਹੈ, ਇੱਕ ਗੱਲ ਦੇ ਉੱਤੇ ਜ਼ੋਰ ਪਾਇਆ ਕਿ ਹਾਂ ਵੀ ਜੇਕਰ ਉਹ ਬੰਦਾ ਗਿਲਟੀ ਹੈ ਤਾਂ ਉਹ ਬੰਦੇ ਨੂੰ ਤੁਸੀਂ ਨਾ ਜੱਜ ਕਰੋ। ਤੁਸੀਂ ਕੌਣ ਹੁੰਦੇ ਹੋ ਜੱਜ ਕਰਨ ਵਾਲੇ? ਤੁਸੀਂ ਜੱਜ ਕਰਨ ਵਾਲੇ ਹੁੰਦੇ ਕੌਣ ਹੋ? ਤੁਸੀਂ ਉਹਦੇ ਮਾਂ ਪਿਓ ਨੂੰ ਗਲਤ ਕਹਿ ਰਹੇ ਹੋ, ਤੁਸੀਂ ਉਹਦੇ ਮਾਂ ਪਿਓ ਨੂੰ ਕਹਿ ਰਹੇ ਹੋ ਕਿ ਤੁਸੀਂ ਕੀ ਪਰਵਰਿਸ਼ ਦਿੱਤੀ ਆ, ਤੁਹਾਡੇ ਕੋਲ ਬੱਚਾ ਨਹੀਂ ਪਲਿਆ, ਤੁਸੀਂ ਕੀ ਸੰਸਕਾਰ ਦਿੱਤੇ ਆਪਣੇ ਬੱਚੇ ਨੂੰ, ਵਗੈਰਾ ਵਗੈਰਾ ਜੋ ਵੀ ਗੱਲਾਂ ਹੁੰਦੀਆਂ ਨੇ ਨੋਰਮਲੀ, ਉਹ ਗੱਲਾਂ ਕਰ ਰਿਹਾ ਹੈ। ਪਹਿਲੀ ਗੱਲ ਤਾਂ ਮੈਂ ਇਸ ਟੋਪੇ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਟੋਪਿਆ ਮੈਨੂੰ ਇੱਕ ਗੱਲ ਦਾ ਜਵਾਬ ਦੇ, ਤੇਰਾ ਕੀ ਲੱਗਦਾ, ਭਣੋਈਆ ਲੱਗਦਾ ਕਿ ਜਾਂ ਤੇਰਾ ਸਾਲਾ ਲੱਗਦਾ ਜਾਂ ਤੇਰਾ ਜਵਾਈ ਲੱਗਦਾ ਜਾਂ ਤੂੰ ਉਹਦਾ ਜਵਾਈ ਲੱਗਦਾ? ਸੀਨ ਪਾਣੀ ਕੀ ਹੈ ਤੁਹਾਡਾ? ਠੀਕ ਹੈ ਤੂੰ ਜਲੰਧਰ ਦਾ ਰਹਿਣ ਵਾਲਾ ਵਾ, ਠੀਕ ਹੈ ਤੂੰ ਹਿੰਦੀ 'ਚ ਵੀਡੀਓ ਬਣਾਉਂਦਾ ਵਾ, ਆਪਣੇ ਆਪ ਨੂੰ ਤਾਂ ਪੰਜਾਬੀ ਕਹਾਣਾ ਵਾ ਕਿ ਅਸੀਂ ਪੰਜਾਬੀ ਹੁੰਦੇ, ਸਾਨੂੰ ਰਾਤ ਦੀ ਰਾਤ ਨੂੰ ਛੋਲੇ ਭਟੂਰੇ ਮਿਲ ਜਾਣੇ, ਅਸੀਂ ਉੱਥੇ ਖੁਸ਼ ਹੋ ਜਾਂਦੇ ਹਾਂ। ਖੁਸ਼ ਹੋ ਤੂੰ ਅੱਧੀ ਰਾਤ ਨੂੰ ਛੋਲੇ ਭਟੂਰੇ ਨਹੀਂ, ਮੈਨੂੰ ਲੱਗਦਾ ਇਹਦੇ ਵਾਂਗੂ ਤੂੰ ਕੁਛ ਹੋਰ ਹੀ ਲੈਣ ਜਾਂਦਾ ਵਾ ਅੱਧੀ ਰਾਤ ਨੂੰ, ਕਿਉਂਕਿ ਯਾਰ ਜਿਹੜੇ ਬੰਦੇ ਨੂੰ ਤੂੰ ਜਸਟੀਫਾਈ ਕਰਨ ਦੀ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਕਿ ਉਹਨੂੰ ਗਲੋਰੀਫਾਈ ਕਰ ਰਿਹਾ ਬੰਦੇ ਨੂੰ, ਉਹ ਬੰਦਾ ਐਡਾ ਚੂਤੀਆ ਬੰਦਾ ਵਾ, ਸੀਰੀਅਸਲੀ ਉਹ ਐਡਾ ਚੂਤੀਆ ਬੰਦਾ ਵਾ, ਕਿਸੇ ਟਾਈਮ ਉਹਨੇ ਸਾਨੂੰ ਕਿਸਾਨਾਂ ਨੂੰ, ਸਾਡੇ ਪੰਜਾਬ ਦੇ, ਦਿੱਲੀ ਦੇ, ਹਰਿਆਣੇ ਦੇ, ਕੇਰਲਾ ਦੇ, ਰਾਜਸਥਾਨ ਦੇ ਕਿਸਾਨਾਂ ਨੂੰ ਅੱਤਵਾਦੀ ਅਤੇ ਕੁਛ ਗੰਦੀ ਜਿਹੀ ਗਾਲ ਕੱਢ ਕੇ ਬੋਲਿਆ ਸੀ। ਦੇਸ਼ ਮੈਂ ਭਾਈ ਇਤਨੇ ਬੋਲੇ ਵਾਲੇ ਲੋਕ ਬੈਠੇ, ਪੂਰਾ ਰੋਡ ਬਲੋਕ ਕਰਕੇ ਬੈਠ ਜਾਤੇ, ਪ੍ਰੋਟੈਸਟ ਕਰਨ ਲੱਗਤੇ ਹੈ। ਮਾਦਰ 26 ਜਨਵਰੀ ਕੋ ਲਾਲ ਕਿਲੇ ਕੇ ਉੱਪਰ ਕਿਆ ਹੁਆ ਤਾ, ਬਹੁਤ ਸਾਰੇ ਖਾਲਿਸਤਾਨੀ ਕੁੱਤੇ ਬਹੁਤ ਜ਼ਿਆਦਾ ਖੁਸ਼ ਹੋ ਰਹੇ ਥੇ ਕਿ ਯੇ ਕਰ ਦਿਆ ਹਮਨੇ, ਵੋ ਕਰ ਦਿਆ। ਅਗਰ ਕੋਈ ਪ੍ਰੋਟੈਸਟ ਹੋ ਰਹਾ ਹੈ ਤੋ ਸਰਕਾਰ ਕਿਆ ਉਨਕੀ ਨਾਜਾਇਜ਼ ਮਾਂਗੋ ਕੋ ਵੀ ਮਾਨ ਲਾ? ਯੇ ਏਕ ਪੇਡ ਕੈਂਪੇਨ ਹੈ ਇੰਡੀਆ ਕੋ ਡੀਫੇਮ ਕਰਨੇ ਕੇ ਲਿਏ ਗਲੋਬਲੀ। ਕਿਆ ਇਸ ਪ੍ਰੋਟੈਸਟ ਮੇਂ ਖਾਲਿਸਤਾਨ ਜ਼ਿੰਦਾਬਾਦ ਕੇ ਨਾਰੇ ਨਹੀਂ ਲਗੇ? ਕਿਆ ਇਸ ਪ੍ਰੋਟੈਸਟ ਮੇਂ ਹਿੰਦੂ ਸੇ ਆਜ਼ਾਦੀ ਕੀ ਮਾਂਗ ਨਹੀਂ ਹੋਈ? ਨਹੀਂ, ਉਹੀ ਲੋੜਾ ਵਾ, ਤੇ ਅੱਜ ਤੂੰ ਉਹਦੀ ਸਪੋਰਟ ਵਿੱਚ ਆ ਗਿਆ ਖੜਾ ਹੋ ਕੇ, ਠੀਕ ਆ? ਉਹਨੂੰ ਬੇਲ ਮਿਲ ਗਈ, ਗਿਲਟੀ ਫੀਲ ਹੋਇਆ, ਗਿਲਟੀ ਹੋਇਆ ਅਦਾਲਤ ਵਿੱਚ ਕਿ ਨਹੀਂ, ਅਜੇ ਪਤਾ ਨਹੀਂ ਲੱਗਿਆ ਉਹਦੇ ਬਾਰੇ, ਅਜੇ ਹਜੇ ਤਾਂ ਕਾਰਵਾਈ ਚੱਲ ਰਹੀ ਆ। ਉਸ ਕੁਸ ਮੈਨੂੰ ਇੱਕ ਗੱਲ ਸਮਝਣੀ, ਚੂਤੀਆਂ ਵਾ ਤੂੰ, ਤੂੰ ਚੂਤੀਆਂ ਵਾ, ਤੂੰ ਉਹਦੀਆਂ ਗੱਲਾਂ ਨਹੀਂ ਸੁਣੀਆਂ। ਸਰਕਾਰ ਨੇ ਕਹਿ ਤਾ, ਗੌਰਮੈਂਟ ਜਿਹੜੀ ਆਪਣੇ ਪ੍ਰਸ਼ਾਸਨ ਹੈ, ਪ੍ਰਸ਼ਾਸਨ ਨੇ ਕਿਹਾ ਕਿ ਹਾਂ ਵੀ ਉਸ ਚੂਤੀ ਨੇ ਆਪਣੇ ਮੂੰਹੋਂ ਜੱਜ ਸਾਹਮਣੇ ਕਸਟਡੀ ਜਿਹੜੀ ਕਿਹੜੀ ਕੋਰਟ ਦੀ ਜਿਹੜੇ ਜੱਜਾਂ ਦੀ ਕਸਟਡੀ ਹੁੰਦੀ ਆ ਉਹਦੇ ਵਿੱਚ ਰਹਿ ਕੇ ਉਹਨੇ ਆਪਣੇ ਮੂੰਹੋਂ ਬਿਆਨ ਦਿੱਤੇ ਕਿ ਹਾਂ ਭਈ ਮੈਂ ਰੇਪ ਪਾਰਟੀ ਦੇ ਵਿੱਚ ਆਪਣਾ ਜਿਹੜਾ ਸੱਪਾਂ ਦਾ ਜ਼ਹਿਰ ਆ ਉਹ ਸਪਲਾਈ ਕਰਦਾ। ਤੇ ਉਹਨੂੰ ਬੇਲ ਮਿਲ ਗਈ ਆ, ਠੀਕ ਹੈ, ਕਿਉਂਕਿ ਉਹਦੀ ਪਹੁੰਚ ਵੀ ਹੈਗੀ ਹੈ ਅਤੇ ਉਹਦੇ ਸਬਸਕ੍ਰਾਈਬਰ ਵੀ ਹੈਗੇ ਆ, ਫੋਲੋਵਰ ਵੀ ਹੈਗੇ ਆ ਅਤੇ ਪੈਸਾ ਵੀ ਬਥੇਰਾ ਉਸ ਬੰਦੇ ਕੋਲ, ਉਹ ਬਾਹਰ ਆ ਗਿਆ। ਤੈਨੂੰ ਕਿੰਨੇ ਹੱਕ ਦੇ ਤਾ ਇੰਨੀ ਗੱਲ ਕਹਿਣ ਦਾ ਕਿ ਤੁਸੀਂ ਕੌਣ ਹੁੰਦੇ ਹੋ?
ਕਿਸੇ ਨੂੰ ਜੱਜ ਕਰਨ ਵਾਲੇ? ਜੇ ਤੂੰ ਉਹਨਾਂ ਨੂੰ ਪੁੱਛ ਰਿਹਾ ਤਾਂ ਤੂੰ ਕੌਣ ਹੁੰਦਾ ਵਾ ਜੱਜ ਕਰਨ ਵਾਲਾ? ਜਿਹਨੂੰ ਤੂੰ ਗਲੋਰੀਫਾਈ ਕਰ ਰਿਹਾ ਵਾ ਉਹ ਚੂਤੀਆ ਕੌਣ ਹੁੰਦਾ ਵਾ ਕਿਸੇ ਨੂੰ ਜੱਜ ਕਰਨ ਵਾਲਾ? ਮੈਂ ਪਹਿਲਾਂ ਇੱਕ ਕਲਿੱਪ ਲਾਣਾ, ਮੈਂ ਕਲਿੱਪ ਸੁਣੋ ਤੁਸੀਂ। ਇਲੀਆ ਨਹੀਂ ਦੇਖਾ ਤਾਂ ਭਾਈ ਦੇਖਣਾ ਮਤ, ਬਹੁਤ ਜ਼ਿਆਦਾ ਚੂਤਾ ਇੰਟਰਵਿਊ, ਬਲਕਿ ਫੇਕ ਇੰਟਰਵਿਊ ਹੈ, ਪਲੀਜ਼ ਉਸਕੋ ਮਤ ਦੇਖਣਾ। ਔਰ ਇਨਕੋ ਐਸਾ ਲਗਤਾ ਹੈ ਕਿ ਟੀਵੀ ਪਰ ਰੋ ਕੇ ਦਿਖਾ ਦੇਂਗੇ, ਉਦਾਸ ਹੋ ਕੇ ਦਿਖਾ ਦੇਂਗੇ, ਪਬਲਿਕ ਇਮੋਸ਼ਨਲ ਹੋ ਜਾਏਗੀ, ਪਬਲਿਕ ਤਾਂ ਚੂਤੀਆ ਹੈ, ਹਮਾਰਾ ਸਾਥ ਦੇਗੀ ਸਿੰਪਥੀ। ਇਹ ਕਲਿੱਪ ਉਹ ਕਲਿੱਪ ਆ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦਾ ਸੁਸਾਈਡ ਕਰ ਲੈਂਦਾ ਵਾ, ਅਸੀਂ ਕਤਲ ਨਹੀਂ ਕਹਿ ਸਕਦੇ, ਸੁਸਾਈਡ ਕਰ ਲੈਂਦਾ ਵਾ, ਤੇ ਉਹਦੇ ਬਾਅਦ ਰੀਆ ਆਉਂਦੀ ਆ, ਉਹ ਕਹਿੰਦੀ ਹੈ ਕਿ ਹਾਂ ਵੀ ਮੈਂ ਉਹਦੀ ਗਰਲਫ੍ਰੈਂਡ ਹਾਂ, ਤਾਂ ਚਿੱਟੇ ਕੱਪੜੇ ਪਾ ਕੇ ਲਾਈਕ ਵਿਧਵਾ ਦੇ ਰੂਪ ਵਿੱਚ ਰਹਿ ਕੇ ਉਹ ਕੁੜੀ ਨੇ ਇੰਟਰਵਿਊ ਦਿੱਤੇ, ਤੇ ਉਹਦੇ ਵਿੱਚ ਜਾ ਕੇ ਇਹ ਚੂਤੀਆ ਕਹਿ ਰਿਹਾ ਵਾ, ਉਹ ਇੰਟਰਵਿਊ ਦੇ ਉੱਤੇ ਇਹ ਚੂਤੀਆ ਜੋ ਬੋਲ ਰਿਹਾ ਵਾ, ਇਹਨੂੰ ਕਿਸ ਇਸ ਚੂਤੀਆ ਨੂੰ ਕਿੰਨੇ ਹੱਕ ਦੇਤਾ ਜਿਹਦੀ ਤੂੰ ਸਪੋਰਟ ਕਰ ਰਿਹਾ ਵਾ? ਇਸ ਚੂਤੀਆ ਨੂੰ ਕਿੰਨੇ ਹੱਕ ਦੇਤਾ ਕਿ ਕਿਸੇ ਨੂੰ ਇੱਦਾਂ ਕਹਿਣ ਦਾ ਕਿ ਹਾਂ ਵੀ ਜਿਹੜੇ ਇਹਨਾਂ ਆਪਣੇ ਮੂੰਹੋਂ ਕਿਹਾ ਕਿ ਜਿਹੜੇ ਇੱਦਾਂ ਆਣ ਕੇ ਰੋਂਦੇ ਆ ਪਿੱਟਦੇ ਆ ਇੰਟਰਵਿਊਆਂ ਵਿੱਚ ਉਹ ਸੱਚੇ ਨਹੀਂ ਹੁੰਦੇ, ਝੂਠ ਹੁੰਦੇ ਆ, ਤੇ ਇਹਦਾ ਮਤਲਬ ਫਿਰ ਇਹਦੇ ਮਾਂ ਪਿਓ ਵੀ ਸੱਚ ਨੂੰ ਝੂਠਾ ਰੋ ਰਹੇ ਸੀਗੇ। ਤੇਰੀ ਜਾਣਕਾਰੀ ਲਈ ਦੱਸ ਦਵਾਂ ਤੈਨੂੰ ਲੱਗੇ ਕਿ ਅਗਰ ਹਾਂ ਸਾਡੇ ਅੰਦਰ ਇਨਸਾਨੀਅਤ ਆ ਨਹੀਂ, ਜੇ ਤੂੰ ਕਿਵੇਂ ਕਿ ਇਨਸਾਨੀਅਤ ਦੇ ਨਾਤੇ ਤੇ ਕਰਨਾ ਚਾਹੀਦਾ ਨਾ, ਤੇ ਇਨਸਾਨੀਅਤ ਦੇ ਨਾਤੇ ਤੈਨੂੰ ਦੱਸਾਂ ਜਦੋਂ ਇਹ ਬਿੱਗ ਬੋਸ ਵਿੱਚ ਸੀਗਾ ਇਹ ਲੌਂਡਾ ਚੂਤੀਆ ਗਾਂਡੂ, ਉਦੋਂ ਵੀ ਮੈਂ ਬਿੱਗ ਸਲਮਾਨ ਖਾਨ ਦੇ ਉੱਤੇ ਰੋਸਟ ਵੀਡੀਓ ਬਣਾਈ ਸੀਗੀ ਪਹਿਲੇ ਵਾਲੇ ਚੈਨਲ 'ਤੇ। ਉਹ ਚੈਨਲ ਮੇਰੇ ਨਾਲ ਕੀ ਹੋਇਆ ਉਹ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ, ਮੇਰੇ ਨਾਲ ਸਾਰੀ ਕਹਾਣੀ, ਮੈਂ ਕਿਉਂ ਰੋਸਟਿੰਗ ਵਿੱਚ ਲੈਣ ਵਿੱਚ ਆਇਆ ਵਾਂ ਅਤੇ ਕਿਉਂ ਮੈਂ ਰੁਕ ਨਹੀਂ ਰਿਹਾ, ਮੇਰੇ ਚੈਨਲ 'ਤੇ ਚੈਨਲ ਡਿਲੀਟ ਹੋ ਰਹੇ ਨੇ ਅਤੇ ਮੈਂ ਕਿਉਂ ਨਹੀਂ ਰੁਕ ਰਿਹਾ, ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ। ਮਗਰ ਉਸ ਵੇਲੇ ਬਿੱਗ ਬੋਸ ਦੇ ਟਾਈਮ ਵੀ ਮੈਂ ਇਹਦੀ ਜਦੋਂ ਬਿੱਗ ਬੋਸ ਦੇ ਵਿੱਚ ਸਲਮਾਨ ਖਾਨ ਨੇ ਇਹਦੀ ਮਾਂ ਦੇ ਸਾਹਮਣੇ ਇਹਨੂੰ ਰੋਇਆ ਸੀਗਾ ਅਤੇ ਇਹਦੀ ਮਾਂ ਵੀ ਇਹਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ, ਉਸ ਵੇਲੇ ਸਲਮਾਨ ਖਾਨ ਨੂੰ ਰੋਸਟ ਕਰਨ ਵਾਲੇ ਅਸੀਂ ਸੀਗੇ, ਅਸੀਂ ਕਿਹਾ ਸੀਗਾ ਕਿ ਇੱਥੇ ਸਲਮਾਨ ਖਾਨ ਨੇ ਗਲਤ ਕੀਤਾ, ਉਹਦੇ ਮਾਂ ਨੂੰ ਉਹਦੇ ਸਾਹਮਣੇ ਲਿਆ ਕੇ ਅਤੇ ਉਹਦੀ ਬੇਇੱਜ਼ਤੀ ਕਰ ਰਿਹਾ। ਅਤੇ ਉਸ ਤੋਂ ਬਾਅਦ ਇਹ ਬੰਦਾ ਜਦੋਂ ਬਿੱਗ ਬੋਸ ਜਿੱਤ ਜਾਂਦਾ ਵਾ ਅਤੇ ਉਦੋਂ ਵੀ ਇਹਨੂੰ ਕੰਗਰੈਚੁਲੇਸ਼ਨ ਦੇਣ ਵਾਲਾ ਮੈਂ ਪਹਿਲਾ ਬੰਦਾ ਸੀਗਾ ਜਦੋਂ ਮੈਂ ਕੰਗਰੈਚੁਲੇਸ਼ਨ ਦਿੱਤੀ ਆਪਣੇ ਪੰਜਾਬ ਵਿੱਚੋਂ, ਸਪੈਸ਼ਲ ਵੀਡੀਓ ਬਣਾ ਕੇ ਉਦਾਂ ਦੇ ਬਥੇਰੇ ਨੇ ਕੰਗਰੈਚੁਲੇਸ਼ਨ ਦਿੱਤੀ ਹੋਏਗੀ, ਸਾਰੇ ਕਹਿਣਗੇ ਮੈਂ ਪਲਾਂ ਦਿੱਤੀ, ਮਗਰ ਪੰਜਾਬੀ ਵਿੱਚ ਵੀਡੀਓ ਬਣਾ ਕੇ ਮੈਂ ਇਹਨੂੰ ਕੰਗਰੈਚੁਲੇਸ਼ਨ ਦਿੱਤੀ ਸੀ ਕਿ ਕੰਗਰੈਚੁਲੇਸ਼ਨ ਐਲਵਿਸ਼ ਯਾਦਵ, ਕਿਉਂਕਿ ਬਿੱਗ ਬੋਸ ਦਾ ਇਤਿਹਾਸ ਰਿਹਾ ਵਾ, ਜਿਹੜਾ ਜਿਹੜਾ ਵੀ ਬੰਦਾ ਬਿੱਗ ਬੋਸ ਜਿੱਤਿਆ ਵਾ, ਚਾਹੇ ਓ ਟੀ ਟੀ ਦਾ ਵਾ ਅਤੇ ਚਾਹੇ ਜਿਹੜਾ ਚੈਨਲ 'ਤੇ ਕਲਰ ਉੱਤੇ ਆਉਂਦਾ, ਕਲਰ ਟੀ ਵੀ 'ਤੇ ਆਉਂਦਾ ਵਾ, ਜਿਹੜਾ ਵੀ ਹੈਗਾ ਵਾ, ਉਹ ਬਿੱਗ ਬੋਸ ਦੀ ਟਰੋਫੀ ਇੰਨੀ ਮਨਹੂਸ ਆ, ਜਿਹਨੇ ਵੀ ਜਿੱਤੀ ਆ ਉਹਦਾ ਡਾਊਨਫਾਲ ਆਉਣਾ ਸ਼ੁਰੂ ਹੋ ਜਾਂਦਾ। ਅਤੇ ਬਿੱਗ ਬੋਸ ਤੋਂ ਬਾਅਦ ਹੀ ਇਹਦੀਆਂ ਜਿੱਤਣ ਤੋਂ ਬਾਅਦ ਇਹਦੀਆਂ ਕਿੰਨੀਆਂ ਕੰਟਰੋਵਰਸੀਆਂ ਹੋ ਗਈਆਂ, ਕਾਫੀ ਜ਼ਿਆਦਾ। ਰੇਪ ਪਾਰਟੀ, ਉਹ ਪਿੱਛੇ ਜੇ ਕਹਿੰਦੇ ਬਕਵਾਸ ਕੀਤੀ ਸੀਗੀ ਉਹ, ਫਿਰ ਉਹ ਮੈਕਸਟਰ ਨੂੰ ਘਰੇ ਜਾ ਕੇ ਉਹਦੀ ਦੁਕਾਨ 'ਤੇ ਜਾ ਕੇ ਉਹਨੂੰ ਕੁੱਟਣਾ, ਉਸ ਤੋਂ ਬਾਅਦ ਬੇਸ਼ੱਕ ਉਹ ਲੱਗਦਾ ਸੀਗਾ ਕਿ ਉਹ ਜਿਹੜੀ ਸਕ੍ਰਿਪਟਡ ਸੀਗੀ, ਉਹ ਜਿਹੜੀ ਕੰਟਰੋਵਰਸੀ ਸੀਗੀ ਮੈਕਸਟਰ ਵਾਲੀ, ਉਹ ਸਕ੍ਰਿਪਟਡ ਲੱਗ ਰਹੀ ਸੀਗੀ ਕਿਸੇ ਹੱਦ ਤੱਕ, ਮਗਰ ਫਿਰ ਵੀ ਕਿਸੇ ਨੂੰ ਉਹਦੇ ਘਰੇ ਜਾ ਕੇ ਹਾਰਮ ਕਰਨਾ ਕਿੰਨਾ ਕੁ ਜਾਇਜ਼ ਆ? ਚੂਤੀਆ ਤੂੰ, ਇੱਥੋਂ ਪਤਾ ਲੱਗਦਾ ਸੰਗਤ ਦਾ, ਆਹ ਟੈਂਪੂ ਦੀ ਸੰਗਤ 'ਚ ਰਹਿ ਕੇ ਤੂੰ ਵੀ ਟੋਪਾ ਬਣ ਗਿਆ, ਠੀਕ ਹੈ? ਥੋੜ੍ਹਾ ਦਿਮਾਗ ਤੋਂ ਸੋਚੋ, ਤੁਸੀਂ ਤਾਂ ਸਾਲਿਓ, ਬੇਸ਼ੱਕ ਤੂੰ ਆਪਣੀ ਹਿੰਦੀ ਆਡੀਅੰਸ ਨੂੰ ਆਪ ਕਵਰ ਕਰ ਰਿਹਾ, ਮੈਂ ਆਪਣੀ ਇੰਡੀਆ ਦੀ ਪੂਰੀ ਆਡੀਅੰਸ ਨੂੰ ਕਵਰ ਕਰ ਰਿਹਾ, ਐਟਲੀਸਟ ਹੈ ਤਾਂ ਖਾਨਾ ਦੇ ਪੰਜਾਬ ਦਾ ਹੀ ਆ ਨਾ, ਖਾਂਦਾ ਦੇ ਪੰਜਾਬ ਦਾ ਹੀ ਆ ਨਾ, ਕਿ ਜਾਂ ਭੈਣ ਚੋ ਚਾਈਨਾ ਬਾਰਡਰ ਤੋਂ ਜਾ ਕੇ ਚਾਈਨਾ ਦਾ, ਚਾਈਨਾ ਤੋਂ ਸਮਾਨ ਮੰਗਾਉਣਾ, ਜਾਂ ਪਾਕਿਸਤਾਨ ਅਫਗਾਨਿਸਤਾਨ ਤੋਂ ਕਿੱਥੋਂ ਸਮਾਨ ਮੰਗਾਉਣਾ ਤੂੰ ਖਾਣ ਪੀਣ ਵਾਸਤੇ, ਰਾਸ਼ਨ ਭਾਸ਼ਣ? ਪੰਜਾਬ ਦਾ ਹੀ ਖਾ ਰਿਹਾ, ਪੰਜਾਬ ਲਈ ਬੋਲ, ਨਹੀਂ ਬੋਲਣਾ ਭੈਣ ਚੋਦ, ਔਰ ਟੋਪਿਆਂ ਦੀ ਮਦਦ ਕਰਨੀ ਹੈ, ਕਿਉਂ? ਕਿਉਂਕਿ ਹਿੰਦੀ ਕਮਿਊਨਿਟੀ 'ਚੋਂ ਨਾ ਤੁਸੀਂ, ਹੈ ਨਾ, ਤੁਸੀਂ ਹਿੰਦੀ ਕਮਿਊਨਿਟੀ ਵਿੱਚੋਂ ਬੋਲਦੇ ਹੋ, ਲਾਉੜਾ ਵੇ ਚੂਤੀਓ ਤੁਸੀਂ ਗਾਂਡੂ ਸਾਲੇ। ਬਸ ਆਹੀ ਮੇਰੀ ਵੀਡੀਓ ਸੀਗੀ, ਚਿੱਲ ਕਰੋ, ਇੰਜੋਏ ਕਰੋ, ਫਨ ਕਰੋ, ਮਜ਼ੇ ਕਰੋ, ਕਿਸੇ ਨਾਲ ਕੋਈ ਵੈਰ ਵਿਰੋਧ ਨਾ ਰੱਖੋ, ਸੋਸ਼ਲ ਮੀਡੀਆ ਦੀਆਂ ਲੜਾਈਆਂ ਸੋਸ਼ਲ ਮੀਡੀਆ ਤੱਕ ਰੱਖੋ, ਆ ਚੂਤੀ ਐਲਵਿਸ਼ ਵਾਂਗੂ ਪਰਸਨਲੀ ਜਾ ਕੇ ਅਟੈਕ ਨਾ ਕਰੋ ਕਿਸੇ ਉੱਤੇ ਵੀ, ਚਾਹੇ ਕੋਈ ਵੀ ਹੈਗਾ, ਮੈਂ ਨਹੀਂ ਜਾਂਦਾ, ਮੈਨੂੰ ਕੋਈ ਮੇਰੇ 'ਤੇ ਹੋ ਵੀ ਗਿਆ ਵਾ, ਛੱਡੋ ਮੇਰੀਆਂ ਗੱਲਾਂ, ਮੈਂ ਤਾਂ ਹੈ ਹੀ, ਮੇਰੀ ਤਾਂ ਗੱਲ ਹੀ ਛੱਡ ਦਿਉ, ਮੈਂ ਜਿੱਦਾਂ ਦਾ ਵੀ ਹੈਗਾ, ਮੈਂ ਆਪਣੀ ਜ਼ਿੰਦਗੀ 'ਚ ਮਸਤ ਹਾਂ, ਮਜ਼ੇ ਲੈ ਰਿਹਾ, ਚਿੱਲ ਕਰ ਰਿਹਾ ਵਾਂ, ਭਾਵੇਂ ਮੇਰੇ ਜਿੰਨੇ ਮਰਜ਼ੀ ਚੈਨਲ ਡਿਲੀਟ ਕਰਵਾ ਲਓ।
ਮੈਂ ਤਾਂ ਫਿਰ ਆਵਾਂਗਾ। ਨਸ਼ੇ ਦੀ ਗੱਲ ਤੂੰ ਕਰਦਾ ਨਾ ਕਿ ਚੂਤੀਏ, ਇਹਨੇ ਗੱਲ ਕੀਤੀ ਸੀਗੀ ਜਿਹੜੇ ਬੰਦੇ ਅੱਧੀ ਰਾਤ ਨੂੰ ਨਸ਼ਾ ਕਰਦੇ ਨੇ ਉਹ ਵੀ ਉਹਨੂੰ ਕਹਿ ਰਹੇ ਕਿ ਨਸ਼ੇੜੀ। ਉਹ ਚੂਤੀਏ ਸੁਣ ਮੇਰੀ ਗੱਲ ਗੰਡੂਆ, ਨਸ਼ੇ ਹਰ ਕੋਈ ਕਰਦਾ ਕਿ ਤੂੰ ਨਹੀਂ ਕਰਦਾ ਭੈਣ ਚੋਦਾ, ਤੂੰ ਲੋਕਾਂ ਨੂੰ ਨਹੀਂ ਦੱਸਦਾ ਹੋਏਗਾ, ਸੋਸ਼ਲ ਨਹੀਂ ਰੱਖਿਆ ਹੋਏਗਾ ਤੂੰ, ਲੋਕੇ ਕਰਦਾ ਹੋਏਗਾ, ਸਾਰੇ ਕਰਦੇ ਆ, ਅਸੀਂ ਵੀ ਕਰਦੇ ਹਾਂ, ਖਾਂਦੇ ਪੀਂਦੇ ਹਾਂ, ਖੁੱਲ੍ਹਾ ਖਾਂਦੇ ਪੀਂਦੇ ਹਾਂ, ਮਗਰ ਗਲਤ ਨੂੰ ਗਲਤ ਬੋਲਦੇ ਹਾਂ, ਸਹੀ ਨੂੰ ਸਹੀ ਬੋਲਦੇ ਹਾਂ, ਇੰਨਾ ਦਮ ਰੱਖਦੇ ਹਾਂ। ਚੰਗਾ ਜੀ, ਜਿਉਂਦਾ ਰਹਿਦਾ, ਮਿਲਾਂਗਾ ਇੱਕ ਹੋਰ ਨਵੀਂ ਵੀਡੀਓ ਨਾਲ, ਤਦ ਤੱਕ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਤੇ ਅਗਲੀ ਵੀਡੀਓ ਮੈਂ ਆਪਣੇ ਉੱਤੇ ਬਣਾਵਾਂਗਾ, ਕਹਿ ਦਿਓ ਕਿ ਆਪਣੇ ਆਪ ਨੂੰ ਰੋਸਟ ਕਰਾਂਗਾ, ਠੀਕ ਹੈ ਜੀ। ਚੰਗਾ ਜੀ, ਟੇਕ ਕੇਅਰ, ਆਪਣਾ ਖਿਆਲ ਰੱਖਿਓ ਮਿੱਤਰੋ।